ड्राइवर कहाँ ਡੱਬ ਦੇ ਵਿੱਚ ਪਿਸਤੌਲ ਪਾ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਪੁੱਜਿਆ ਇਹ ਸਿਆਸੀ ਪਾਰਟੀ ਦਾ ਉਮੀਦਵਾਰ। ਇਸ ਨੇ 2 ਸੀਟਾਂ ਤੋਂ ਚੋਣ ਲੜਨੀ ਹੈ ਔਰ ਇਸ ਦੀ ਡੱਬ ਦੇ ਵਿੱਚ ਪਿਸਤੌਲ ਪਾਇਆ ਔਰ ਇਹ ਨਾਮਜ਼ਦਗੀ ਪੱਤਰ ਭਰਨ ਚਲਾ ਗਿਆ। ਨਾਲ ਇਸ ਦੇ ਸਮਰਥਕ ਸਨ ਔਰ ਜਿਉਂ ਹੀ ਇਸ ਨੇ ਜੇਬ ਦੇ ਵਿੱਚ ਹੱਥ ਪਾਇਆ ਤਾਂ ਇਸ ਦਾ ਪਿਸਤੌਲ ਜ਼ਮੀਨ 'ਤੇ ਡਿੱਗ ਪਿਆ, ਜੋ ਕਿ ਇਸ ਦੇ ਨਾਲ ਖੜ੍ਹੇ ਸ਼ਖਸ ਦੇ ਵੱਲੋਂ ਚੁੱਕਿਆ ਗਿਆ ਔਰ ਪਿੱਛੇ ਲੈ ਕੇ ਚਲਾ ਗਿਆ। ਤਾਂ ਬਸਪਾ ਦਾ ਇਹ ਉਮੀਦਵਾਰ ਹੈ ਜੋ ਨਾਮਜ਼ਦਗੀ ਪੱਤਰ ਭਰਨ ਗਿਆ ਸੀ ਔਰ ਬਾਹਰ ਇਸਨੇ ਜੇਬ ਦੇ ਵਿੱਚ ਹੱਥ ਪਾਇਆ, ਕੁਝ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਇਸਦੇ ਡੱਬ ਦੇ ਵਿੱਚ ਪਾਇਆ ਪਿਸਤੌਲ ਜ਼ਮੀਨ 'ਤੇ ਡਿੱਗ ਪਿਆ ਔਰ ਨਾਲ ਖੜ੍ਹੇ ਸ਼ਖਸ ਨੇ ਉਹ ਪਿਸਤੌਲ ਚੁੱਕ ਲਿਆ, ਜੋ ਕਿ ਇਸਦਾ ਸਾਥੀ ਹੀ ਸੀ। ਮੌਕੇ 'ਤੇ ਵੀਡੀਓ ਬਣ ਗਈ। ਤਾਂ ਯੂਪੀ ਦੇ ਚੰਦੌਲੀ ਤੋਂ ਇਹ ਨਾਮਜ਼ਦਗੀ ਪੱਤਰ ਭਰਨ ਗਿਆ ਸੀ। ਸਤਿੰਦਰ ਮੌਰੀਆ ਇਸਦਾ ਨਾਮ ਹੈ ਜਿਸ ਨੂੰ ਬਸਪਾ ਦੇ ਵੱਲੋਂ ਉਮੀਦਵਾਰ ਬਣਾਇਆ ਗਿਆ। ਡੱਬ ਦੇ ਵਿੱਚ ਪਿਸਤੌਲ ਲੈ ਕੇ ਇਹ ਨਾਮਜ਼ਦਗੀ ਪੱਤਰ ਭਰਨ ਗਿਆ ਤਾਂ ਬਾਹਰ ਹੀ ਇਸਦਾ ਪਿਸਤੌਲ ਆ ਜਿਹੜਾ ਉਹ ਜ਼ਮੀਨ ਤੋਂ ਡਿੱਗ ਪਿਆ। ਬਾਅਦ ਦੇ ਵਿੱਚ ਇਸਨੇ ਮੀਡੀਆ ਦੇ ਮੁਖਾਤਿਬ ਹੁੰਦੇ ਹੋਏ ਸਵਾਲਾਂ ਦੇ ਜਵਾਬ ਦਿੱਤੇ ਨੇ। ਤਾਂ ਇਹ ਬਸਪਾ ਦਾ ਉਮੀਦਵਾਰ ਹੈ ਜਿਸ ਨੂੰ ਚੰਦੌਲੀ ਤੋਂ ਟਿਕਟ ਦਿੱਤੀ ਗਈ ਹੈ, 2 ਸੀਟਾਂ ਤੋਂ ਇਸਨੇ ਚੋਣ ਲੜਨੀ ਹੈ ਔਰ ਇਸਦੇ ਵੱਲੋਂ ਡੱਬ ਦੇ ਵਿੱਚ ਪਿਸਤੌਲ ਪਾ ਕੇ ਨਾਮਜ਼ਦਗੀ ਪੱਤਰ ਭਰਨ ਗਿਆ ਸੀ, ਪਰ ਉਸਦਾ ਪਿਸਤੌਲ ਆ ਜਿਹੜਾ ਉਹ ਬਾਹਰ ਹੀ ਜ਼ਮੀਨ 'ਤੇ ਡਿੱਗ ਪਿਆ। ਵਕੀਲ ਸਾਹਿਬ, ਵਕੀਲ ਸਾਹਿਬ ਆਓ ਕਿਨਾਰੇ। ਡੱਬ ਦੇ ਵਿੱਚ ਪਿਸਤੌਲ ਪਾ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਪੁੱਜਿਆ ਇਹ ਸਿਆਸੀ ਪਾਰਟੀ ਦਾ ਉਮੀਦਵਾਰ। ਇਸ ਨੇ 2 ਸੀਟਾਂ ਤੋਂ ਚੋਣ ਲੜਨੀ ਹੈ ਔਰ ਇਸ ਦੀ ਡੱਬ ਦੇ ਵਿੱਚ ਪਿਸਤੌਲ ਪਾਇਆ ਔਰ ਇਹ ਨਾਮਜ਼ਦਗੀ ਪੱਤਰ ਭਰਨ ਚਲਾ ਗਿਆ। ਨਾਲ ਇਸ ਦੇ ਸਮਰਥਕ ਸਨ ਔਰ ਜਿਉਂ ਹੀ ਇਸ ਨੇ ਜੇਬ ਦੇ ਵਿੱਚ ਹੱਥ ਪਾਇਆ ਤਾਂ ਇਸ ਦਾ ਪਿਸਤੌਲ ਜ਼ਮੀਨ 'ਤੇ ਡਿੱਗ ਪਿਆ, ਜੋ ਕਿ ਇਸ ਦੇ ਨਾਲ ਖੜ੍ਹੇ ਸ਼ਖਸ ਦੇ ਵੱਲੋਂ ਚੁੱਕਿਆ ਗਿਆ ਔਰ ਪਿੱਛੇ ਲੈ ਕੇ ਚਲਾ ਗਿਆ। ਤਾਂ ਬਸਪਾ ਦਾ ਇਹ ਉਮੀਦਵਾਰ ਹੈ ਜੋ ਨਾਮਜ਼ਦਗੀ ਪੱਤਰ ਭਰਨ ਗਿਆ ਸੀ ਔਰ ਬਾਹਰ ਇਸਨੇ ਜੇਬ ਦੇ ਵਿੱਚ ਹੱਥ ਪਾਇਆ, ਕੁਝ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਇਸਦੇ ਡੱਬ ਦੇ ਵਿੱਚ ਪਾਇਆ ਪਿਸਤੌਲ ਜ਼ਮੀਨ 'ਤੇ ਡਿੱਗ ਪਿਆ ਔਰ ਨਾਲ ਖੜ੍ਹੇ ਸ਼ਖਸ ਨੇ ਉਹ ਪਿਸਤੌਲ ਚੁੱਕ ਲਿਆ, ਜੋ ਕਿ ਇਸਦਾ ਸਾਥੀ ਹੀ ਸੀ। ਮੌਕੇ 'ਤੇ ਵੀਡੀਓ ਬਣ ਗਈ। ਤਾਂ ਯੂਪੀ ਦੇ ਚੰਦੌਲੀ ਤੋਂ ਇਹ ਨਾਮਜ਼ਦਗੀ ਪੱਤਰ ਭਰਨ ਗਿਆ ਸੀ। ਸਤਿੰਦਰ ਮੌਰੀਆ ਇਸਦਾ ਨਾਮ ਹੈ ਜਿਸ ਨੂੰ ਬਸਪਾ ਦੇ ਵੱਲੋਂ ਉਮੀਦਵਾਰ ਬਣਾਇਆ ਗਿਆ। ਡੱਬ ਦੇ ਵਿੱਚ ਪਿਸਤੌਲ ਲੈ ਕੇ ਇਹ ਨਾਮਜ਼ਦਗੀ ਪੱਤਰ ਭਰਨ ਗਿਆ ਤਾਂ ਬਾਹਰ ਹੀ ਇਸਦਾ ਪਿਸਤੌਲ ਆ ਜਿਹੜਾ ਉਹ ਜ਼ਮੀਨ ਤੋਂ ਡਿੱਗ ਪਿਆ। ਬਾਅਦ ਦੇ ਵਿੱਚ ਇਸਨੇ ਮੀਡੀਆ ਦੇ ਮੁਖਾਤਿਬ ਹੁੰਦੇ ਹੋਏ ਸਵਾਲਾਂ ਦੇ ਜਵਾਬ ਦਿੱਤੇ ਨੇ। ਤਾਂ ਇਹ ਬਸਪਾ ਦਾ ਉਮੀਦਵਾਰ ਹੈ ਜਿਸ ਨੂੰ ਚੰਦੌਲੀ ਤੋਂ ਟਿਕਟ ਦਿੱਤੀ ਗਈ ਹੈ, 2 ਸੀਟਾਂ ਤੋਂ ਇਸਨੇ ਚੋਣ ਲੜਨੀ ਹੈ।
ਔਰ ਇਸ ਦੇ ਵੱਲੋਂ ਡੱਬ ਦੇ ਵਿੱਚ ਪਿਸਤੌਲ ਪਾ ਕੇ ਨਾਮਜ਼ਦਗੀ ਪੱਤਰ ਭਰਨ ਗਿਆ ਸੀ, ਪਰ ਉਸਦਾ ਪਿਸਤੌਲ ਆ ਜਿਹੜਾ ਉਹ ਬਾਹਰ ਹੀ ਜ਼ਮੀਨ 'ਤੇ ਡਿੱਗ ਪਿਆ। ਵਕੀਲ ਸਾਹਿਬ, ਵਕੀਲ ਸਾਹਿਬ, ਵਕੀਲ ਸਾਹਿਬ।